ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਤੇ ਮੈਂ ਸੁਨੀਲ ਕੁਮਾਰ ਹਿਮਾਚਲੀ ਤੋਂ ਹਾਰਾਂ ਦਾ ਸੀਜ਼ਨ ਜਾਰੀ ਹੈ ਲੇਕਿਨ ਸਿਆਸਤ ਦੇ ਵਿੱਚ ਤਿਉਹਾਰ ਕਿਵੇਂ ਕਿ ਮਨਾਏ ਜਾ ਰਹੇ ਨੇ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਸੀਨੀਅਰ ਪੱਤਰਕਾਰ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਤੁਸੀਂ ਮੌਕਾ ਦਿੱਤਾ ਡੱਲਾ ਸਾਹਿਬ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾ ਹੋਈਆਂ ਨੇ ਤਿੰਨ ਸੀਟਾਂ ਤੇ ਕਾਂਗਰਸ ਜਿੱਤੀ ਆ ਇੱਕ ਸੀਟ ਤੇ ਅਕਾਲੀ ਦਲ ਨੇ ਫਤਿਹ ਹਾਸਲ ਕੀਤੀ ਆ ਕਿਵੇਂ ਕਿ ਦੇਖਦੇ ਹੋ ਰਾਜਨੀਤਿਕ ਆਗੂ ਤਿਉਹਾਰ ਕਿਵੇਂ ਕਿ ਮਨਾਉਣਗੇ ਤੇ ਨਵਜੋਤ ਸਿੰਘ ਸਿੱਧੂ ਜੋ ਕਿ 2022 ਦੇ ਲਈ ਜਿਹੜੀਆਂ ਚੋਣਾਂ ਹੋਣੀਆਂ ਨੇ ਲੋਕਾਂ ਦੀਆਂ ਕਾਫੀ ਉਮੀਦਾਂ ਉਹਨਾਂ ਨਾਲ ਜੁੜੀਆਂ ਨੇ ਕੀ ਕੁਝ ਅਪਡੇਸ਼ਨ ਹੈ ਤਿਉਹਾਰਾਂ ਨੂੰ ਲੈ ਕੇ ਦੇਖੋ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਤਾਂ ਮੈਨੂੰ ਲੱਗਦਾ ਹੈ ਇਸ ਵਾਰ ਫਿੱਕੀ ਰਹਿਣੀ ਹੈ ਉੰਜ ਦੀਵਾਲੀ ਉਹ ਮਨਾਉਣਗੇ ਪੂਰੇ ਪਰਿਵਾਰ ਨਾਲ ਸ਼ਾਨੂ ਸ਼ੌਕਤ ਨਾਲ ਮਨਾਉਣਗੇ ਪਰ ਬਤੌਰ ਇੱਕ ਸਿਆਸੀ ਆਗੂ ਜਿਸ ਤਰੀਕੇ ਦਾ ਮਾਹੌਲ ਹੋਣਾ ਚਾਹੀਦਾ ਸੀ ਉਹ ਨਹੀਂ ਹੋਊਗਾ ਜੀ ਉਹਨਾਂ ਦੀ ਦੀਵਾਲੀ ਫਿੱਕੀ ਰਹਿਣੀ ਹੈ ਉਹ ਦਾ ਅਜ ਸਾਡੇ ਮੁਲਕ ਚ ਬਹੁਤ ਸਾਰੇ ਲੋਕਾਂ ਦੀ ਦੀਵਾਲੀ ਇਸ ਵਾਰ ਫਿੱਕੀ ਰਹਿਣੀ ਹੈ ਉਹ ਸਾਰੇ ਪਲਵਾਮਾ ਵਾਲੇ ਪਰਿਵਾਰ ਉਹਨਾਂ ਦੇ ਪਰਿਵਾਰਾਂ ਦੀ ਦੀਵਾਲੀ ਫਿੱਕੀ ਰਹਿਣੀ ਹੈ ਆਏ ਦਿਨ ਸਾਡੇ ਫੌਜੀ ਸ਼ਹਾਦਤਾਂ ਹਾਸਲ ਕਰਦੇ ਨੇ ਉਹਨਾਂ ਦੀ ਦੀਵਾਲੀ ਵੀ ਫਿੱਕੀ ਰਹਿਣੀ ਹੈ ਬਹੁਤ ਸਾਰੇ ਲੋਕ ਕਿਸਾਨ ਸਾਡੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਚਲੇ ਗਏ ਆਰਥਿਕ ਤੌਰ ਤੇ ਮੰਦਹਾਲੀਆਂ ਕਰਕੇ ਵੀ ਦੀਵਾਲੀ ਫਿੱਕੀ ਰਹਿਣੀ ਹੈ ਜੀ ਜੀ ਪਰ ਜਿਨ੍ਹਾਂ ਦੀ ਚਾਂਦੀ ਰਹਿਣੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਹੁਣੇ-ਹੁਣੇ ਤਿੰਨ ਸੀਟਾਂ ਜਿੱਤੀਆਂ ਨੇ ਪੰਜਾਬ ਦੇ ਮੁੱਖ ਮੰਤ ਹਰਿਆਣੇ ਚ ਲੈ ਲੋ ਬੀਜੇਪੀ ਫੇਰ ਜਿੱਤ ਗਈ ਮਨੋਰ ਲਾਲ ਖੱਟੜ ਉਹਨਾਂ ਦੀ ਦੀਵਾਲੀ ਰਹਿਣੀ ਹੈ ਦੁਬਾਰਾ ਉਹ ਜਿੱਤ ਗਏ ਔਰ ਅਕਾਲੀ ਦਲ ਵੀ ਬੜਾ ਖੁਸ਼ ਹੈ ਵੀ ਅਸੀਂ ਦਾਖੇ ਦੀ ਸੀਟ ਜਿੱਤ ਗਈ ਜਿੱਤ ਲਈ ਮਨਪੀਤਿਆਲੀ ਦੀ ਵੀ ਦੀਵਾਲੀ ਅੱਜ ਕੀ ਚੰਗੀ ਲੱਗਣੀ ਹੈ ਅਕਾਲੀ ਦਲ ਵੀ ਖੁਸ਼ ਹੋਣਾ ਵੀ ਚਲੋ ਅਸੀਂ ਇੱਕ ਜ਼ਿਮਨੀ ਚੋਣ ਜਿੱਤੀ ਕੁਝ ਜੱਟਿਆ ਤਾਂ ਸਹੀ ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਦੀਵਾਲੀ ਮੈਨੂੰ ਲੱਗਦਾ ਫਿੱਕੀ ਰਹਿਣੀ ਹੈ ਕਿਉਂਕਿ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਰਹੀਆਂ ਪੀਡੀਏ ਵਾਲਿਆਂ ਦੀ ਚਲੋ ਟੋਟਲ ਟਟਈਆ ਹੋ ਗਿਆ ਸੁਖਪਾਲ ਖੈਰਾ ਖੁਸ਼ ਹੋਊਗਾ ਵੀ ਚਲੋ ਮੇਰਾ ਅਸਤੀਫਾ ਵਾਪਸ ਹੋ ਗਿਆ ਤੇ ਤੇ ਮੇਰੀ ਤਨਖਾਹ ਵੰਦ ਨਹੀਂ ਹੋਊਗੀ ਤਾਂ ਸੁਖਪਾਲ ਖੈਰਾ ਵੀ ਦਿਵਾਲੀ ਮਨਾਉਣ ਜੋਗਾ ਹੋ ਗਿਆ ਪਰ ਨਵਜੋਤ ਸਿੰਘ ਸਿੱਧੂ ਦੀ ਦਿਵਾਲੀ ਇਸ ਪੱਖੋਂ ਫਿੱਕੀ ਰਹਿਣੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਚੰਗਾ ਕੰਮ ਕਰਨ ਲਈ ਪੰਜਾਬ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਅੰਮ੍ਰਿਤਸਰ ਲਈ ਉਹਨੇ ਬਹੁਤ ਸਾਰੇ ਸੁਫਨੇ ਵੀ ਵੇਖੇ ਸੀ ਤੇ ਕੋਸ਼ਿਸ਼ਾਂ ਵੀ ਕੀਤੀਆਂ ਸੀ ਪਰ ਸਿੱਧੂ ਦੀ ਸੁਣੀ ਨਹੀਂ ਗਈ ਔਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿੱਧੂ ਦੀ ਜ਼ੁਬਾਨ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਜ਼ਿੰਮੇਵਾਰ ਜ਼ਰੂਰ ਹੈ ਹైదరాబాద్ 'ਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਲੋਕ ਸਭਾ ਦੀਆਂ ਚੋਣਾਂ ਵੇਲੇ ਜਦੋਂ ਪ੍ਰਚਾਰ ਕਰਨ ਗਏ ਹੋਏ ਸਨ ਨਵਜੋਤ ਸਿੰਘ ਸਿੱਧੂ ਹైదరాబాద్ ਉੱਥੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਹైదరాబాద్ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਉੱਥੇ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਵੀ ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ ਸੋ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਕੈਪਟਨ ਬਾਰੇ ਤੇ ਉਹ ਕਹਿੰਦੇ ਕੌਣ ਸਾ ਕੈਪਟਨ ਕਿਹੜਾ ਕੈਪਟਨ ਸੋ ਮੈਨੂੰ ਲੱਗਦਾ ਕਿ ਤਨਾ ਕਿਤੇ ਇਹ ਯਾ ਤਾਂ ਕਾਲ ਪਣੇ ਜੀ ਨਵਜੋਤ ਸਿੰਘ ਸਿੱਧੂ ਕਹਿ ਗਏ ਉਹਨਾਂ ਦੇ ਮਨ 'ਚ ਸ਼ਾਇਦ ਉਹ ਭਾਵ ਨਹੀਂ ਸੀ ਉਸ ਵਕਤ ਪਰ ਉਹ ਗੱਲ ਕਹਿ ਗਏ ਤੇ ਫਿਰ ਵੱਡੇ ਲੀਡਰ ਕਈ ਲੀਡਰ ਨੇ ਜਿਹੜੇ ਫਿਰ ਕੋਈ ਗੱਲ ਕਹਿ ਜਾਂਦੇ ਨੇ ਤੇ ਉਹ ਸਟੈਂਡ ਲੈ ਲੈਂਦੇ ਨੇ ਜੇ ਸਿੱਧੂ ਉਸ ਸਮੇਂ ਸੌਰੀ ਕਹਿ ਦਿੰਦਾ ਵੀ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਤੇ ਗੱਲ ਮੁੱਕ ਜਾਣੀ ਸੀ ਪਰ ਸਿੱਧੂ ਸਟੈਂਡ ਲੈ ਗਿਆ ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਫਿੱਕੀ ਹੋਣ ਦਾ ਜਿਹੜਾ ਰਾਹ ਹੈ ਉਸੇ ਟਾਈਮ ਤਿਆਰ ਹੋ ਗਿਆ ਸੀ ਹਾਲਾਂਕਿ ਪਿਛਲੀ ਵਾਰੀ ਇਹ ਮਾਮਲਾ ਜਿਹੜਾ ਇਹ 3 ਨਵੰਬਰ ਦਾ ਸੀ ਸੋ ਇਹ 3 ਨਵੰਬਰ ਦਾ ਜਿਹੜਾ ਮਾਮਲਾ ਸੀ ਔਰ ਹੁਣ ਵੀ ਇਹ ਮਾਮਲਾ ਤੁਸੀਂ ਦੇਖੋ ਦੀਵਾਲੀ 27 ਅਕਤੂਬਰ ਦੀ ਆਇਸੋ ਸੋ ਲਗਭਗ ਇੱਕ ਸਾਲ ਚ ਪੂਰੀ ਸਥਿਤੀ ਬਦਲੀ ਸੋ ਇਹ ਦੀਵਾਲੀ ਫਿੱਕੀ ਹੋਣ ਦੀ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਆਧਾਰਸ਼ਿਲਾ ਸੀ ਮੈਂ ਕਹਿੰਦਾ ਉਹ ਹైదరాబాద్ ਚ ਰੱਖੀ ਗਈ ਸੀ 29 ਤੀ ਨਵੰਬਰ ਦੇ ਆਸ-ਪਾਸ ਜਦੋਂ ਨਵਜੋਤ ਸਿੰਘ ਸਿੱਧੂ ਹైదరాబాద్ ਸੀ ਪੰਜ ਸੂਬਿਆਂ ਦੇ ਜਦੋਂ ਜ਼ਿਮਨੀ ਚੋਣਾ ਹੋ ਰਹੀਆਂ ਸੀ ਪੰਜ ਸੂਬਿਆਂ ਦੇ ਚੋਣਾ ਉਦੋਂ ਤੇ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਫਿੱਕੀ ਇਸ ਕਰਕੇ ਵੀ ਹੋਈ ਵੀ ਹੋਰ ਉਹਦੇ ਬਹੁਤ ਸਾਰੇ ਸੁਪਨੇ ਸੀ ਪੰਜਾਬ ਲਈ ਉਹਨੇ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦੇ ਲਈ ਯੋਜਨਾ ਦਿੱਤੀ ਕਿ ਰੇਤਾ ਕਿਵੇਂ ਪੰਜਾਬ ਦੀ ਸਰਕਾਰ ਵਿੱਚ ਸੁਨੀਲ ਜੀ ਉਹ ਗੱਲ ਨਹੀਂ ਬਣੀ ਸਿੱਧੂ ਦੀ ਨਹੀਂ ਸੁਣੀ ਗਈ ਫਿਰ ਸਿੱਧੂ ਨੇ ਪੰਜਾਬ ਚ ਸ਼ਰਾਬ ਵੇਚਣ ਦਾ ਵੀ ਇੱਕ ਪਲਾਨ ਬਣਾਇਆ ਕਿ ਸਰਕਾਰੀ ਤੌਰ ਤੇ ਸ਼ਰਾਬ ਕਿਵੇਂ ਵੇਚ ਸਕਦੀ ਹੈ ਸਰਕਾਰ ਸ਼ਰਾਬ ਕਿਵੇਂ ਵੇਕੇ ਵਿੱਚ ਤਾਂ ਕਿ ਚੋਰੀ ਨਾ ਹੋਵੇ ਠੱਗੀ ਨਾ ਹੋਵੇ ਪੰਜਾਬ ਚ ਸ਼ਰਾਬ ਦੀ ਬੋਤਲ ਕੋਈ ਵੀ ਕਿਤੋਂ ਲੈਣ ਜਾਂਦਾ ਹੈ ਤੇ ਉਹਦੇ ਲਿਖੇ ਹੋਏ ਮੁੱਲ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਂਦੇ ਨੇ ਪੰਜਾਬ ਦੇ ਵਿੱਚ ਸੋ ਨਾ ਉੱਥੇ GST ਵਾਲੇ ਜਾਂਦੇ ਨੇ ਨਾ ਉੱਥੇ ਐਕਸਾਈਜ਼ ਟੈਕਸੇਸ਼ਨ ਵਾਲੇ ਜਾਂਦੇ ਨੇ ਉਥੇ ਘਾਟੀ ਕਦੀ ਠਾਕ ਠੇਕੇ ਦੇ ਛਾਪਾ ਵੱਜਿਆ ਹੋਵੇ ਜਾਂ ਸ਼ਰਾਬ ਦੇ ਠੇਕੇ ਤੇ ਛਾਪਾ ਵੱਜਿਆ ਹੋਵੇ ਮੈਂ ਘਾਟੀ ਸੁਣਿਆ ਕਿਉਂਕਿ ਮੈਂ ਸੁਣਿਆ ਵੀ ਸ਼ਰਾਬ ਦੇ ਠੇਕੇ ਵਾਲਿਆਂ ਦੀ ਸੈਟਿੰਗ ਹੁੰਦੀ ਹੈ ਜੇ ਠੇਕੇ ਦੀ ਸੈਟਿੰਗ ਨਾ ਹੋਵੇ ਤੇ ਬੋਤਲ ਨੇ ਜ਼ਰੂਰ ਸੈਟਿੰਗ ਕੀਤੀ ਹੁੰਦੀ ਆਪਣੀ ਸੋ ਲੋਕ ਸ਼ਕੀਨ ਵੀ ਹੁੰਦੇ ਕਈ ਅਫਸਰੋ ਇਸ ਕਰਕੇ दारू ਵਾਲੀ ਥਾਂ ਤੇ ਛਾਪਾ ਮਾਰਨੇ ਨਹੀਂ ਜਾਂਦੇ ਕਿਉਂਕਿ ਆਪ ਉਹਨਾਂ ਨੇ ਗਲਾਸੀ ਕਦੇ ਨਾ ਕਦੀ ਪੀਣੀ ਹੁੰਦੀ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਪਰ ਇਹ ਬੜੀ ਮੰਦ ਭਾਗੀ ਗੱਲ ਹੈ ਨਵਜੋਤ ਸਿੰਘ ਸਿੱਧੂ ਨੇ ਕੋਸ਼ਿਸ਼ ਕੀਤੀ ਕਿ ਜਿਵੇਂ ਦਿੱਲੀ ਚ ਕੇਦਰੀyal ਸਰਕਾਰੀ ਤੌਰ ਤੇ ਕੰਮ ਕਰ ਰਹੇ ਨੇ ਪੰਜਾਬ ਚ ਵੀ ਕੇਬਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਸਟ੍ਰੀਮ ਲਾਈਨ ਕਰਨ ਦੀ ਗੱਲ ਕੀਤੀ ਨਹੀਂ ਬਣੀ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਫਿਰ ਲੋਕਲ ਬਾਡੀ ਮਹਿਕਮੇ ਚ ਉਹਨਾਂ ਨੇ ਕਲੋਨੀਆ ਦਾ ਮਾਮਲਾ ਹੋਵੇ ਜਾਂ ਗੈਰ ਕਾਨੂੰਨੀ ਇਮਾਰਤਾਂ ਹੋਵੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਕਿਸੇ ਨੇ ਨਹੀਂ ਸੁਣੀ ਔਰ ਇਹ ਵੀ ਮੈਂ ਕਹਿੰਦਾ ਉਹੀ ਸੰਕੇਤ ਬਣ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ ਔਰ ਕੈਪਟਨ ਅਮਰਿੰਦਰ ਨਾਲ ਜਿਹੜੀ ਦੂਰੀ ਆ ਉਹ ਲਗਾਤਾਰ ਵਧ ਗਈ ਪਿਛਲੇ ਸਾਲ ਚ ਨਵਜੋਤ ਸਿੰਘ ਸਿੱਧੂ ਦੀ ਔਰ ਅਖੀਰ 'ਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਚੰਡੀਗੜ੍ਹ ਤੋਂ ਟਿਕਟ ਅਪਲਾਈ ਕੀਤੀ ਜੀ ਜੀ ਤੇ ਉਹ ਟਿਕਟ ਰੱਦ ਕਰ ਦਿੱਤੀ ਗਈ ਉਹ ਉਹਨਾਂ ਦੇ ਨਾਮ ਤੇ ਨਹੀਂ ਵਿਚਾਰ ਕੀਤਾ ਗਿਆ ਕੈਨਸਲ ਕਰ ਦਿੱਤਾ ਗਿਆ ਉੱਥੋਂ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰ ਨਰਾਜ਼ ਹੋਏ ਔਰ ਬੀਬੀ ਨਵਜੋਤ ਕੌਰ ਨੇ ਫਿਰ ਇੱਕ ਵਾਰੀ ਬਿਆਨ ਦਿੱਤਾ ਸੀ ਸੁਨੀਲ ਜੀ ਵੀ ਕਿਤਨਾ ਕਿਤੇ ਮੇਰੀ ਟਿਕਟ ਕਟਵਾਉਣ ਦੇ ਲਈ ਜਿਹੜੀ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਹੈ ਜਾਂ ਪ੍ਰਭਾਰੀ ਲੀਡਰਸ਼ਿਪ ਹੈ ਇਨਾਂ ਦਾ ਵੀ ਯੋਗਦਾਨ ਹੈ ਉਹ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੇਰੀ ਪਤਨੀ ਨੇ ਜੋ ਕੁਝ ਕਿਹਾ ਮੈਂ ਨਾਲ ਖੜਾ ਸੋ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਖੰਡਨ ਨਹੀਂ ਸੀ ਕੀਤਾ ਜੀ ਸੋ ਇਹ ਮਨਮਟਾਵ ਜਿਆਦਾ ਵਧਿਆ ਔਰ ਰਈਸਈ ਕਸਰ ਪਾਕਿਸਤਾਨ 'ਚ ਨਵਜੋਤ ਸਿੰਘ ਸਿੱਧੂ ਜਦੋਂ ਜੱਫੀ ਪਾ ਕੇ ਆਏ ਉਦੋਂ ਦੇ ਫੌਜ ਮੁਖੀ ਨੂੰ ਉਸ ਤੋਂ ਬਾਅਦ ਭਾਜਪਾ ਤੋਂ ਲੈ ਕੇ ਅਕਾਲੀ ਦਲ ਔਰ ਕੈਪਟਨ ਅਮਰਿੰਦਰ ਸਾਰੇ ਸਿੱਧੂ ਦੇ ਖਿਲਾਫ ਰਹੇ ਨੇ ਔਰ ਸਿੱਧੂ ਦਾ ਸਿਆਸੀ ਤੌਰ ਤੇ ਗਰਾਫ ਵੀ ਕਾਫੀ ਇਹਦੇ ਨਾਲ ਡਿੱਗਿਆ ਸਿਆਸੀ ਤੌਰ ਤੇ ਵਿਰੋਧਬਾਜ਼ੀ ਕਰਕੇ ਪਰ ਨਵਜੋਤ ਸਿੰਘ ਸਿੱਧੂ ਲੋਕਾਂ ਦੇ ਦਿਲਾਂ 'ਚ ਜ਼ਰੂਰ ਖੜੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਰਪਸ਼ਨ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਨੇ ਇਨਸਾਫ ਮੰਗਿਆ ਕਿ ਬਰਗਾੜੀ ਦਾ ਇਨਸਾਫ ਦਿਓ ਝੋਲੀ ਅੱਡੀ ਪੰਜਾਬ ਦੀ ਵਿਧਾਨ ਸਭਾ 'ਚ ਪਰ ਨਵਜੋਤ ਸਿੰਘ ਸਿੱਧੂ ਦੀ ਸੁਣੀ ਨਹੀਂ ਗਈ ਔਰ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਫਿੱਕੀ ਹੈ ਵੀ ਬਹੁਤ ਚਾਹ ਸੀ ਨਵਜੋਤ ਸਿੰਘ ਸਿੱਧੂ ਦੀ ਬਰਗਾੜੀ ਦਾ ਇਨਸਾਫ ਮਿਲੇ ਨਵਜੋਤ ਸਿੰਘ ਸਿੱਧੂ ਦੀ ਚਾਹ ਸੀ ਪੰਜਾਬ ਦੀ ਡਿਵੈਲਪਮੈਂਟ ਹੋਵੇ ਤਰੱਕੀ ਹੋਵੇ ਮੈਂ ਪੰਜਾਬ ਲਈ ਕੁਝ ਕਰਾਂ ਉਸ ਸੁਫਨੇ ਨਵਜੋਤ ਸਿੰਘ ਸਿੱਧੂ ਦੇ ਪੂਰੇ ਨਹੀਂ ਹੋ ਸਕੇ ਕੈਪਟਨ ਅਮਰਿੰਦਰ ਦੇ ਨਾਲ ਇੱਟ ਖੜਿੱਕਾ ਹੋ ਗਿਆ 36 ਦਾ ਅੰਕੜਾ ਹੋ ਗਿਆ ਕੈਪਟਨ ਦੇ ਜਦੋਂ ਕੈਪਟਨ ਦੇ ਬਾਰੇ ਬਿਆਨ ਨਵਜੋਤਕਾਰ ਸਿੱਧੂ ਨੇ ਦਿੱਤਾ ਜੀ ਉਸ ਤੋਂ ਬਾਅਦ ਫਿਰ ਜਦੋਂ ਬਠਿੰਡੇ 'ਚ ਰੈਲੀਆਂ ਕਰਨ ਚੱਲ ਗਏ ਪ੍ਰਿੰਕਾ ਗਾਂਧੀ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਤੇ ਫਿਰ 75 25 ਵਾਲਾ ਬਿਆਨ ਆ ਗਿਆ ਕਿਤਨਾ ਕਿਤੇ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਦੂਰੀ ਵਧ ਗਈ ਔਰ ਜਿਵੇਂ ਹਾਲ ਹੀ ਦੇ ਵਿੱਚ ਨਵਜੋਤਕਾਰ ਸਿੱਧੂ ਨੇ ਜਿਹੜੀ ਪਤਨੀ ਹੈ ਧਰਮ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਹੈ ਉਹਨਾਂ ਨੇ ਵੀ ਖੁਲਾਸਾ ਕੀਤਾ ਕਿ ਕਿਉਂ ਸਿੱਧੂ ਤੇ ਕੈਪਟਨ ਅਮਰਿੰਦਰ ਚ ਦੂਰੀ ਪਈ ਔਰ ਮੈਂ ਚਾਹੂੰਗਾ ਵੀ ਇੱਕ ਵਾਰੀ ਉਹ ਪੂਰੀ ਗੱਲ ਸੁਣਾ ਵੀ ਦਿਓ ਬੀਬੀ ਨਵਜੋਤ कौर ਸਿੱਧੂ ਦੀ ਕਿ ਦੋ ਚਾਰ ਦਿਨ ਪਹਿਲਾਂ ਹੀ ਉਹਨਾਂ ਨੇ ਅਮਰਸਰ ਜਿਹੜਾ ਬਿਆਨ ਦਿੱਤਾ ਉਹਦੇ ਨਾਲ ਸਥਿਤੀਆਂ ਕਿਵੇਂ ਬਦਲੀਆਂ ਕੋ ਉਹਨਾਂ ਦੇ ਰਿਲੇਸ਼ਨਸ਼ਿਪ ਚ ਕਦੇ ਵੀ ਕੋਈ ਗੜਬੜ ਨਾ ਹੋਈ ਸੀ ਤੇ ਨਾ ਹੋਣੀ ਸੀਗੀ ਆਨ ਵਾਲੇ ਕਈ ਲੋਕਾਂ ਨੂੰ ਇਹ برداشت ਨਹੀਂ ਹੁੰਦਾ ਕਿ ਦੋ ਫੋਰਸਸ ਇਕੱਠੀਆਂ ਹੋ ਕੇ ਬੜਾ ਸਟਰੋਂਗਲੀ ਕੰਮ ਕਰਨ ਤਾਂ ਬਹੁਤ ਸਾਰੇ ਲੋਕ ਕੰਨ ਪਰ ਦਿੰਦੇ ਸਾਨੂੰ ਆਦਤ ਨਹੀਂ ਹੈ ਨਾ ਤਾਂ ਨਹੀਂ ਜਿਹੜੇ ਲੋਕਾਂ ਨੇ ਕੰਨ ਪਰੇ ਜਾ ਕੇ ਮਤਲਬ ਉਹ ਥੋੜਾ ਨੈਗੇਟਿਵ ਉਹ ਆਪਣੇ ਬੰਦੇ ਨਹੀਂ ਗਰੁੱਪ ਕਾਂਗਰਸ ਕਾਂਗਰਸੀ ਨਹੀਂ ਨਹੀਂ ਕਾਂਗਰਸੀ ਹੁੰਦੇ ਆ ਉਹ ਜਿਹੜੇ ਚਾਹਦੇ ਆ ਕਿ ਤੁਸੀਂ ਗਰੁੱਪਸ ਬਣਾ ਲਓ ਅਸੀਂ ਕਦੇ ਲਾਈਵ 'ਚ ਗਰੁੱਪ ਨਹੀਂ ਬਣਾਇਆ ਨਵਜੋਤ ਸਿੱਧੂ ਨੇ ਕਦੇ ਗਰੁੱਪ ਨਹੀਂ ਬਣਾਇਆ ਆਹੀ ਕੰਨ ਪਰੇ ਵੀ ਸਿੱਧੂ ਬੜਾ ਚੰਦਾ ਹੈ ਆਪਣੇ ਆਪ ਨੂੰ ਵੀ ਮੈਂ ਹੀ ਮੈਂ ਹੋਵਾਂ ਔਰ ਤੁਸੀਂ ਗੱਲ ਵੀ ਸੁਣ ਲਈ ਪੂਰੀ ਨਵਜੋਤ ਕੌਰ ਸਿੱਧੂ ਦੀ ਉਹ ਕਹਿੰਦੀ ਕੈਪਟਨ ਅਮਰਿੰਦਰ ਨਾਲ ਕੋਈ ਇੱਟ ਖੜਕਾ ਨਹੀਂ ਸੀ ਸਿੱਧੂ ਦਾ ਜਿਹੜੇ ਕੈਪਟਨ ਦੇ ਆਲੇ ਦੁਆਲੇ ਐ ਉਹਨਾਂ ਨੇ ਸਿੱਧੂ ਦੇ ਕੰਨ ਭਰੇ ਨੇ ਜਿਹਦੇ ਕਰਕੇ ਇਹ ਮਾਮਲਾ ਵਿਗੜਿਆ ਪਰ ਕੁੱਲ ਮਿਲਾ ਕੇ ਸੁਨੀਲ ਜੀ ਇਹ ਸਾਰੇ ਕਾਰਨ ਸੀ ਜਿਹਦੇ ਕਰਕੇ ਦੂਰੀ ਬਣਦੀ ਰਹੀ ਸਿੱਧੂ ਦੀ ਕੈਪਟਨ ਦੀ ਔਰ ਉਦੋਂ ਕੈਪਟਨ ਅਮਰਿੰਦਰ ਨੇ ਜਦੋਂ ਪੰਜਾਬ ਚੋਂ 8 ਸੀਟਾਂ ਜਿੱਤ ਲੀਆਂ ਕਾਂਗਰਸ ਦੇਸ਼ ਚ ਆ ਹੀ ਨਹੀਂ ਕੈਪਟਨ ਅਮਰਿੰਦਰ ਮਜ਼ਬੂਤ ਹੋ ਗਿਆ ਤੇ ਉਹਨਾਂ ਨੇ ਮੰਤਰੀ ਮੰਡਲ ਚ ਬਦਲਾਅ ਕਰਤਾ ਪੰਜਾਬ ਦੇ ਔਰ ਨਵਜੋਤ ਸਿੰਘ ਸਿੱਧੂ ਦਾ ਜਦੋਂ ਮਹਿਕਮਾ ਬਦਲਤਾ ਤੇ ਫਿਰ ਸਿੱਧੂ ਨੇ ਸਿਆਸੀ ਚੀਕਾਂ ਮਾਰੀਆਂ ਸਿੱਧੂ ਆਪਣੇ ਆਕਾ ਕੋਲੇ ਗਏ ਆਪਣੇ ਸੀਨੀਅਰ ਲੀਡਰਾਂ ਕੋਲੇ ਗਏ ਰਾਹੁਲ ਗਾਂਧੀ ਕੋਲੇ ਗਏ ਔਰ ਫਿਰ ਮੈਨੂੰ ਉਹੀ ਬਿਆਨ ਹైదరాబాద్ ਵਾਲਾ ਯਾਦ ਆ ਜਾਂਦਾ ਜੀਤ ਸਿੱਧੂ ਨੇ ਕਿਹਾ ਸੀ ਕੌਣ ਕੈਪਟਨ ਮੇਰਾ ਕੈਪਟਨ ਰਾਹੁਲ ਗਾਂਧੀ ਪਰ ਰਾਹੁਲ ਗਾਂਧੀ ਨੇ ਵੀ ਸਿੱਧੂ ਦੀ ਸੁਣੀ ਨਹੀਂ ਸੋ ਇਹਦਾ ਮਤਲਬ ਹੈ ਰਾਹੁਲ ਗਾਂਧੀ ਵੀ ਸਿੱਧੂ ਦਾ ਸੱਚਾ ਕੈਪਟਨ ਸਾਬਤ ਨਹੀਂ ਹੋਇਆ ਜਾਂ ਰਾਹੁਲ ਗਾਂਧੀ ਅਜਿਹਾ ਖਿਡਾਰੀ ਹੈ जिने सिद्धू ਦੇ ਦਿਮਾਗ 'ਚ ਕੋਈ ਫਾਰਮੂਲਾ ਪਾ ਕੇ ਭੇਜਿਆ ਕਿ ਇਹ ਫਾਰਮੂਲਾ ਸਾਲ ਕੁ ਬਾਅਦ ਕੰਮ ਕਰੂਗਾ ਤੁਸੀਂ ਇੰਤਜ਼ਾਰ ਕਰੋ ਇਹ ਸਾਲ ਬਾਅਦ ਹੀ ਪਤਾ ਲੱਗੂਗਾ ਪਰ ਹਾਲ ਦੀ ਘੜੀ ਨਵਜੋਤ ਸਿੰਘ ਸਿੱਧੂ ਦੀ ਦੀਵਾਲੀ ਫਿੱਕੀ ਹੈ ਫਿਰ ਜਦੋਂ ਪਾਕਿਸਤਾਨ 'ਚ ਜਾ ਕੇ ਆਇਆ ਨਵਜੋਤ ਸਿੰਘ ਸਿੱਧੂ ਆਪਾਂ ਵੇਖਿਆ ਵੀ ਕਿਵੇਂ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਇਆ ਟੈਲੀਵਿਜ਼ਨ ਦਾ ਸ਼ੋਅ ਚੱਲਦਾ ਸੀ ਪਹਿਲਾਂ ਪੰਜਾਬ ਦੀ ਪੋਲੀਟਿਕਲ ਕਲਾਸ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪੈ ਗਈ ਵੀ ਸਿੱਧੂ ਟੈਲੀਵਿਜ਼ਨ 'ਚ ਸ਼ੋਅ ਕਰੂਗਾ ਹਾਸੇ ਪਾਊਗਾ ਜਾਂ ਪੰਜਾਬ ਦਾ ਮੰਤਰੀ ਰਹੂਗਾ ਲੇਕਿਨ ਸਿੱਧੂ ਰਾਤ ਨੂੰ ਸ਼ੂਟਿੰਗਾਂ ਕਰਨ ਜਾਇਆ ਕਰ ਮંત્રી ਦੇ ਆਪਣੇ ਸਕੱਤਰ ਦੇ ਦਫਤਰ ਚ ਰਹਿੰਦਾ ਸੀ ਔਰ ਇਹ ਵੀ ਰਿਕਾਰਡ ਹੈ ਆਪਣੇ ਸੁਨੀਲ ਜੀ ਕਿ ਸਿੱਧੂ ਸਾਹਿਬ ਬਹੁਤ ਲੰਮਾ ਸਮਾਂ ਆਪਣੇ ਦਫਤਰ ਚ ਰਹਿੰਦੇ ਸੀ ਬਹੁਤ ਹਾਜ਼ਰੀ ਨਵਜੋਤ ਸਿੰਘ ਸਿੱਧੂ ਦੀ ਰਹਿੰਦੀ ਸੀ ਸਿੱਧੂ ਉਹਨਾਂ ਵਿਦਿਆਰਥੀਆਂ ਵਰਗਾ ਨਹੀਂ ਸੀ ਜਿਹੜੇ ਕਿਸੇ ਕਿਸੇ ਪੀਰੀਅਡ ਨੂੰ ਅਟੈਂਡ ਕਰਦੇ ਸੀ ਸਿੱਧੂ ਜ਼ਿਆਦਾ ਸਮਾਂ ਸੈਕਟਰੀਏਟ ਚ ਵੀ ਔਰ ਆਪਣੇ ਮੁਹਾਲੀ ਵਾਲੇ ਸਰਕਾਰੀ ਦਫਤਰ ਚ ਬੈਠਦੇ ਸੀ ਔਰ ਲੋਕਾਂ ਨੂੰ ਮਿਲਦੇ ਸੀ ਪਰ ਦਿਵਾਲੀ ਨਵਜੋਤ ਸਿੰਘ ਸਿੱਧੂ ਦੀ ਇਸ ਕਰਕੇ ਫਿੱਕੀ ਬਣ ਗਈ ਵੀ ਉਹ ਮੰਤਰੀ ਉਹ ਮੰਤਰੀਆਂ ਦਾ ਵਿਰੋਧ ਤਾਂ ਚਲੋ ਠੀਕ ਹੈ ਲekin ਜਿਹੜਾ ਪ੍ਰੋਗਰਾਮ ਸੀ ਇੱਕ ਕਮੇਡੀ ਵਾਲਾ ਜਿਹਦੇ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਆਇਆ ਕਰਦੇ ਸੀ ਉਹ ਮੁੰਡਾ ਅੰਮ੍ਰਿਤਸਰ ਵਾਲਾ ਤੇ ਉਹ ਵੀ ਉਹਨਾਂ ਦਾ ਸ਼ੋਅ ਉਹਨਾਂ ਦੇ ਹੱਥੋਂ ਚਲਿਆ ਗਿਆ ਜਿਸ ਤੋਂ ਬਾਅਦ ਮੈਨੂੰ ਲੱਗਦਾ ਕਿ ਵਿੱਤੀ ਤੌਰ ਤੇ ਵੀ ਨਵਜੋਤ ਸਿੰਘ ਸਿੱਧੂ ਨੂੰ ਆਮਦਨ ਕਟੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕੋਲੇ ਆਮਦਨ ਮੁੱਖ ਰੂਪ ਚ ਮੈਨੂੰ ਲੱਗਦਾ ਹੈ ਜਾਂ ਤਾਂ ਕਮੈਂਟਰੀ ਸੀ ਜਾਂ ਉਹਨਾਂ ਦੇ ਟੈਲੀਵਿਜ਼ਨ ਦੇ ਸ਼ੋਅ ਸੀ ਜਾਂ ਉਹ ਕਮੇਡੀ ਵਾਲੇ ਪ੍ਰੋਗਰਾਮ ਸੀ ਕਿਉਂਕਿ ਸਟੇਜਾਂ ਤੇ ਜਿਵੇਂ ਗੁਰਦਾਸ ਮਾਨ ਪ੍ਰੋਗਰਾਮ ਕਰਦਾ ਐਦਾਂ ਦੇ ਪ੍ਰੋਗਰਾਮ ਤਾਂ ਸਿੱਧੂ ਨਹੀਂ ਕਰਦੇ ਸੋ ਜਿਵੇਂ ਆਪਣੇ ਆਪ ਭਗਵੰਤ ਮਾਨ ਕਰਦੇ ਸੀ ਪਹਿਲਾਂ ਇਹ ਹੁਣ ਬੱਬੂ ਮਾਨ ਸਟੇਜਾਂ ਤੇ ਕਰਦੇ ਨੇ ਨਵਜੋਤ ਸਿੰਘ ਸਿੱਧੂ ਨੇ ਅਜੇੇ ਕਦੀ ਪ੍ਰੋਗਰਾਮ ਨਹੀਂ ਕੀਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕਮੇਡੀ ਸੀ ਉਹਦਾ ਵੀ ਮਿਆਰ ਸੀ ਉਹ ਟੈਲੀਵਿਜ਼ਨ ਤੇ ਕਰਦੇ ਸੀ ਜੀ ਸੋ ਹਾਲਾਂਕਿ ਕਈ ਵਾਰੀ ਉਹ ਜਿਹੜੇ ਟੈਲੀਵਿਜ਼ਨ ਵਾਲੇ ਸ਼ੋਅ ਹੁੰਦੇ ਨੇ ਉਹਨਾਂ ਦੇ ਵਿੱਚ ਵਿੱਚ ਅਜਿਹੀ ਸ਼ਬਦਾਵਲੀ ਹੁੰਦੀ ਹੈ ਜਿਹੜੀ ਨਹੀਂ ਚੰਗੀ ਲੱਗਦੀ ਪਰਿਵਾਰਾਂ 'ਚ ਬਹਿ ਕੇ ਉਹਦਾ ਵਿਰੋਧ ਜ਼ਰੂਰ ਕੀਤਾ ਜਾਣਾ ਚਾਹੀਦਾ ਪਰ ਨਵਜੋਤ ਸਿੰਘ ਸਿੱਧੂ ਦਾ ਰੋਜ਼ਗਾਰ ਖਤਮ ਹੋਇਆ ਟੈਲੀਵਿਜ਼ਨਾਂ ਤੋਂ ਟੈਲੀਵਿਜ਼ਨ ਦੀ ਕਮੈਂਟਰੀ ਤੋਂ ਔਰ ਕ੍ਰਿਕਟ ਮੈਚਾਂ ਦੀ ਕਮੈਂਟਰੀ ਤੋਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨ ਫੇਕ ਕੀ ਹੋਈ ਹੈ ਪਰ ਅਸੀਂ ਕਹਿ ਸਕਦੇ ਹਾਂ ਨਵਜੋਤ ਸਿੰਘ ਸਿੱਧੂ ਦੀ ਦਿਵਾਲੀ ਸਿੱਕੀ ਹੋਈ ਹੈ ਹੋ ਸਕਦਾ ਨਵਜੋਤ ਸਿੰਘ ਸਿੱਧੂ ਇਹ ਮੰਨਣ ਨੂੰ ਤਿਆਰ ਨਾ ਹੋਣ ਕਿਉਂਕਿ ਨਵਜੋਤ ਸਿੰਘ ਸਿੱਧੂ ਬੜਾ ਦਲੇਰ ਤੇ ਬੜੇ ਵੱਡੇ ਜਿਗਰੇ ਵਾਲਾ ਲੀਡਰ ਹੈ ਉਹਨੇ ਰਾਜ ਸਭਾ ਦੀ ਮੈਂਬਰੀ ਮੰਟ ਤੱਕ ਛੱਡਤੀ ਪੰਜਾਬ ਪਿੱਛੇ ਇਸ ਕਰਕੇ ਪੰਜਾਬ ਦੇ ਮੰਤਰੀ ਮੰਡਲ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੇ ਛੱਡਤਾ ਜਦਕਿ ਪੰਜਾਬ ਵਾਲੇ ਮੰਤਰੀ ਇੱਕ ਟਾਈਮ ਆ ਗਿਆ ਸੀ ਜਦੋਂ ਬਿਜਲੀ ਮੰਤਰੀ ਜੁਆਇਨ ਨਹੀਂ ਸੀ ਕਰ ਰਹੇ ਸਿੱਧੂ ਸਾਹਿਬ ਤੇ ਸਾਰੇ ਇਲਜ਼ਾਮ ਲਾਉਂਦੇ ਸੀ ਵੀ ਸਿੱਧੂ ਹੁਣ ਆਰ ਪਾਰ ਕਰਦੇ ਜਾਂ ਤਾਂ ਮੰਤਰੀ ਦਾ ਉਹਦਾ ਸਾਹਮਲੇ ਜਾਂ ਅਸਤੀਫਾ ਦੇ ਦੇ ਫਿਰ ਗੱਲਾਂ ਇਹ ਆ ਗਈਆਂ ਕਿ ਸਿੱਧੂ ਅਸਤੀਫਾ ਵੀ ਨਹੀਂ ਦਿੰਦਾ ਸਿੱਧੂ ਡਰਦਾ ਤੇ ਫਿਰ ਸਿੱਧੂ ਨੇ ਉਹ ਚਿੱਠੀ ਟਵੀਟ ਕਰਤੀ ਬਾਹਰ ਕੱਢਤੀ ਵੀ ਕਹਿੰਦਾ ਭਲਿਓ ਮਾਨਸੋ ਮੇਰੇ ਤੇ ਸਵਾਲ ਖੜੇ ਕਰੀ ਜਾਂਦੇ ਹੋ ਵੀ ਸਿੱਧੂ ਡਰਦਾ ਹੈ ਸਿੱਧੂ ਡਰਦਾ ਹੈ ਸਿੱਧੂ ਅਸਤੀਫਾ ਨਹੀਂ ਦਿੰਦਾ ਮੈਂ ਤਾਂ ਮਹੀਨਾ ਪਹਿਲਾਂ ਹੀ ਅਸਤੀਫਾ ਦੇ ਆਇਆ ਸੀ ਰਾਹੁਲ ਗਾਂਧੀ ਨੂੰ ਫਿਰ ਜਦੋਂ ਉਹ ਸਿਆਸੀ ਵਾਰ ਨਵਜੋਤ ਸਿੰਘ ਸਿੱਧੂ ਨੇ ਕੀਤਾ ਲੋਕਾਂ ਦੇ ਮਨਾਂ 'ਚ ਵੀ ਸਿੱਧੂ ਦਾ ਸਤਕਾਰ ਹੋਰ ਵਧਿਆ ਉਂਝ ਪੰਜਾਬ ਦੇ ਲੋਕਾਂ 'ਚ ਦੇਖੋ ਨਵਜੋਤ ਸਿੰਘ ਸਿੱਧੂ ਦਾ ਸਤਕਾਰ ਬਹੁਤ ਹੈ ਕਿਉਂਕਿ ਜਿਹੜੇ ਸ੍ਰੀ ਗੁਰੂ ਨਾਨਕਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਰਤਾਰਪੁਰ ਸਾਹਿਬ ਦਾ ਲੰਗ ਹੈ ਉਹਦਾ ਪਹਿਲਾ ਸੁਨੇਹਾ ਸਿੱਧੂ ਲੈ ਕੇ ਆਇਆ ਸੀ ਔਰ ਸਿੱਧੂ ਦੇ ਇਹ ਕਹਿਣ ਤੋਂ ਬਾਅਦ ਕਿ ਮੈਂ ਇਸ ਕਰਕੇ ਜੱਫੀ ਪਾਈ ਸੀ ইমরান ਖਾਨ ਨੂੰ ਵੀ ਜੀ ਸਾਰਵਜਨਿਕ ਤੌਰ ਤੇ ਫਿਰ ਟਵੀਟ ਕਰਨਾ ਪੈ ਗਿਆ ਤੇ ਫਿਰ ਮੈਨੂੰ ਲੱਗਦਾ ਲੰਗੇ ਖੁੱਲਣ ਵਾਲੇ ਕੰਮ ਤੇ ਤਾਂ ਮੋਹਰ ਲੱਗ ਗਈ ਔਰ ਕਿਤਨਾ ਕਿਤੇ ਬਾਬੇ ਨਾਨਕ ਨੇ ਨਵਜੋਤ ਸਿੰਘ ਸਿੱਧੂ ਦੀ ਵੀ ਸੇਵਾ ਉਹਦੇ ਵਿੱਚ ਜ਼ਰੂਰ ਲਈ ਸੀ ਪਰ ਜੇ ਸਿੱਧੂ ਸ਼ਾਂਤ ਹੈ ਮੈਨੂੰ ਲੱਗਦਾ ਏਨੇ ਵੱਡੇ ਵੱਡੇ ਕੰਮ ਕਰਕੇ ਸਿੱਧੂ ਕੁਦਰਤ ਯਾ ਬਾਬਾ ਨਾਨਕ ਸਿੱਧੂ ਨੂੰ ਸ਼ਾਂਤ ਸਿਰਫ ਉਹਦੀ ਉਹਦੇ ਨੁਕਸਾਨ ਲਈ ਨਹੀਂ ਕੀਤਾ ਹੋਣਾ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਸਿੱਧੂ ਦਾ ਜ਼ਰੂਰ ਹੋਊਗਾ ਸੋ ਸਿੱਧੂ ਦੱਬਣ ਵਾਲਾ ਤਾਂ ਲੱਗਦਾ ਨਹੀਂ ਸੁਨੀਲ ਜੀ ਬਾਕੀ ਭਵਿੱਖ ਹੈ ਜਿਹੜਾ ਉਹ ਕੁਦਰਤ ਨੇ ਤੈਅ ਕਰਨਾ ਹੈ ਔਰ ਭਵਿੱਖ ਤੇ ਅਸੀਂ ਵੀ ਨਜ਼ਰ ਰੱਖਾਂਗੇ ਜੀ ਜੀ ਅੱਛਾ ਡੱਲੇ ਹੁਣ ਇੱਕ ਸਮਾਗਮ ਹੋਣ ਵਾਲਾ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੁਸੀਂ ਗੱਲ ਕਹੀ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਸਮਾਗਮ ਜਿਹੜਾ ਹੋਣਾ ਉੱਥੇ ਜਾਣਗੇ ਜਾਂ ਭਾਰਤੀ ਪੀਐਮ ਜਿਹੜੇ ਨੇ ਉਹਨਾਂ ਨਾਲ ਸਮਾਗਮ ਦੇ ਵੇਲੇ ਮੌਜੂਦ ਹੋਣਗੇ ਕੀ ਰਾਜ ਸਿਆਸੀ ਤੌਰ ਤੇ ਹੁਣ ਨਵਜੋਤ ਸਿੰਘ ਸਿੱਧੂ ਲਈ ਤੁਹਾਨੂੰ ਨਜ਼ਰ ਆਉਂਦੇ ਨੇ ਦੇਖੋ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸੀ ਤੌਰ ਤੇ ਤਾਂ ਕਟਅਸ ਹੈ ਸਾਰਿਆਂ ਤੋਂ ਜੀ ਔਰ ਨਵਜੋਤ ਸਿੰਘ ਸਿੱਧੂ ਅਗਰ ਮੱਥਾ ਟੇਕ ਕੇ ਆਉਣਗੇ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਸਿਆਸੀ ਸਮਾਗਮ ਦਾ ਹਿੱਸਾ ਨਹੀਂ ਬਦਲਣਗੇ ਬਣਨਗੇ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਹੈ ਕਿ ਉਹ ਆਪਣੀ ਧਰਮ ਪਤਨੀ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਕਿਰਤਾਰਪੁਰ ਸਾਹਿਬ ਜ਼ਰੂਰ ਜਾਣਗੇ ਉੱਥੇ ਮੱਥਾ ਟੇਕ ਕੇ ਆਣਗੇ ਪਰ ਉਹ ਕਿਸੇ ਸਿਆਸਤ ਦਾ ਹਿੱਸਾ ਨਹੀਂ ਬਣਨਗੇ ਮੈਨੂੰ ਇੰਜ ਲੱਗਦਾ ਸੁਨੀਲ ਜੀ ਇਹ ਚ ਕੋਈ ਦੋਹrai ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸ਼ੁਰਾਤੀ ਤੌਰ ਦੇ ਉੱਤੇ ਕਾਫੀ ਇਸ ਮਾਮਲੇ ਨੂੰ ਚੱਕਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਚਿੱਠੀ ਪੱਤਰੀ ਵੀ ਕੀਤੀ ਕਿਉਂਕਿ ਉਸ ਵੇਲੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਕੈਬਨਿਟ ਚ ਮੰਤਰੀ ਸੀ ਉਹਨਾਂ ਕੋਲੇ ਸੱਭਿਆਚਾਰ ਦਾ ਮਹਿਕਮਾ ਵੀ ਸੀ ਟੂਰਿਜ਼ਮ ਦਾ ਮਹਿਕਮਾ ਵੀ ਸੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਤੌਰ ਤੇ ਇਹ ਇੰਨੇ ਜ਼ਿਆਦਾ ਸਰਗਰਮ ਇਸ ਮਸਲੇ ਦੇ ਉੱਤੇ ਨਹੀਂ ਰਹਿਣਗੇ ਔਰ ਨਵਜੋਤ ਸਿੰਘ ਸਿੱਧੂ ਮੱਥਾ ਜ਼ਰੂਰ ਟੇਕ ਕੇ ਆਉਣਗੇ ਸੁਨੀਲ ਜੀ ਮੈਨੂੰ ਇਹ ਲੱਗਦਾ ਹੈ ਸੋ ਸਾਡਾ ਇੰਤਜ਼ਾਰ ਵੀ ਰਹੂਗਾ ਕਿ ਨਵਜੋਤ ਸਿੰਘ ਸਿੱਧੂ ਕਦੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਜ਼ਰੀਏ ਬਾਬੇ ਨਾਨਕ ਦੀ ਧਰਤੀ ਤੇ ਮੱਥਾ ਟੇਕਣਾ ਆਉਂਦੇ ਨੇ ਜੀ ਜੀ ਚਲੋ ਡੱਲਾ ਸਾਹਿਬ ਹੁਣ ਤੱਕ ਦੀਆਂ ਜੋ ਵੀ ਸਿਆਸੀ ਸਰਗਰਮੀਆਂ ਨੇ ਤਿਉਹਾਰਾਂ ਦੇ ਵਿੱਚ ਉਹਨਾਂ ਦੇ ਲਈ ਚਰਚਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ